ਮੰਦਰ ਨੂੰ ਤੁਸੀਂ ਰਾਜਨੀਤਿਕ ਤੌਰ ਤੇ ਨਾ ਦੇਖੋ, ਧਾਰਮਿਕ ਆਸਥਾ ਇਹਦੇ ਇਹਦੇ ਨਾਲ ਜਿਹੜੀ ਹੈ ਸਾਰੇ ਹਿੰਦੁਸਤਾਨੀਆਂ ਦੀ ਆਸਥਾ ਜੁੜੀ ਹੋਈ। ਇਹ ਸਾਡਾ ਦੁਰਭਾਗ ਰਿਹਾ ਕਿ 500 ਸਾਲ ਦਾ ਲੰਬਾ ਸਮਾਂ ਜਿਹੜਾ ਹੈ ਮੰਦਰ ਨਹੀਂ ਲੱਗਿਆ। ਆਖਿਰਕਾਰ ਮੈਂ ਕਹਾਂਗਾ ਕਿ ਲੋਕਾਂ ਦੀ ਆਪਣੀ ਸਰਕਾਰ ਆਈ। ਕੱਲ ਮੋਦੀ ਸਾਹਿਬ ਵੱਲੋਂ ਰੁਜ਼ਗਾਰ ਦੇਣ ਦੀ ਹੋਈ ਸੀ ਕਿ 2 ਕਰੋੜ ਰੁਜ਼ਗਾਰ ਦਿੱਤਾ ਜਾਊਗਾ, ਹੋਰ ਬਹੁਤ ਵਿਕਾਸ ਕੀਤਾ ਜਾਊਗਾ ਦੇਸ਼ ਦਾ, ਦੇਸ਼ ਦੀਆਂ ਸੜਕਾਂ ਵਧੀਆ ਬਣਾਈਆਂ ਜਾਣਗੀਆਂ। ਕਹਿੰਦੇ ਵੀ ਕਿੱਥੇ ਆ ਗਈ ਰਾਜਨੀਤੀ, ਕਹਿੰਦੇ ਹੁਣ ਰਾਮ ਮੰਦਰ ਦੇ ਕੰਸਟਰਕਸ਼ਨ ਨੂੰ ਵੀ ਵਿਕਾਸ ਸਮਝੀ ਜਾਂਦੇ ਨੇ ਲੋਕ। ਭਾਰਤ ਦਾ ਨੌਜਵਾਨ ਇੱਕ ਇਹੋ ਜਿਹੀ ਐਜੂਕੇਸ਼ਨ ਲਏ ਕਿ ਉਹ ਟੈਕਨੀਕਲੀ ਜੋਬ ਓਰੀਐਂਟਡ ਜਿਹੜੀ ਹੈ ਉਹਨਾਂ ਨੂੰ ਐਜੂਕੇਸ਼ਨ ਮਿਲੇ। ਸੋ ਇਸ ਕਰਕੇ ਉਹਨਾਂ ਨੇ, ਮੈਂ ਤਾਂ ਕਹਾਂਗਾ ਵਿੱਦਿਆ ਦੇ ਖੇਤਰ ਦੇ ਵਿੱਚ ਵੀ ਅਤੇ ਜਿਹੜਾ ਤੁਹਾਡਾ ਹੈਲਥ ਦੇ ਖੇਤਰ ਦੇ ਵਿੱਚ ਵੀ ਬਹੁਤ ਜਿਹੜਾ ਵੱਡਾ ਕੰਮ ਜਿਹੜਾ ਮੋਦੀ ਜੀ ਨੇ। ਤੁਸੀਂ ਇਹ ਦੇਖ ਲਓ ਕਿ ਕਾਂਗਰਸ ਦੇ ਰਾਜ ਦੇ ਵਿੱਚ ਕਿੰਨੀ ਏਮਸ ਬਣੀ। ਕਾਂਗਰਸ ਤਾਂ ਕਹਿੰਦੀ ਹੈ, ਕਹਿੰਦੇ ਜਿਹੜੇ ਅਸੀਂ ਨੇ 70 ਸਾਲ ਰਾਜ ਕਰਕੇ ਚੀਜ਼ਾਂ ਬਣਾਈਆਂ ਸੀ ਦੇਸ਼ ਦੇ ਵਿੱਚ, ਚਾਹੇ ਏਅਰਪੋਰਟ ਹੋਣ, ਚਾਹੇ ਰੇਲਵੇ ਸਟੇਸ਼ਨ ਹੋਣ ਜਾਂ ਕੁਝ ਵੀ ਹੋਵੇ, ਕਹਿੰਦੇ ਮੋਦੀ ਸਾਹਿਬ ਨੇ ਹੋਰ ਤਾਂ ਕੁਝ ਕੀਤਾ ਨਹੀਂ, ਕਹਿੰਦੇ ਉਹਨਾਂ ਨੂੰ ਵੇਚ ਜ਼ਰੂਰ। ਹੁਣ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ? ਨਰਿੰਦਰ ਮੋਦੀ ਨਾ ਹੁੰਦੇ, ਕਿਆ ਤੁਸੀਂ 3 ਤਲਾਕ ਵਾਲਾ ਮੁੱਦਾ ਸੋਲਵ ਹੋ ਸਕਦਾ? ਨਰਿੰਦਰ ਮੋਦੀ ਨਾ ਹੁੰਦੇ ਕਿ 370 ਟੁੱਟ ਸਕਦੀ? ਸ਼੍ਰੀ ਰਾਮ ਜਨਮਭੂਮੀ ਦਾ ਮੁੱਦਾ, ਇੰਨੇ ਵੱਡੇ ਵੱਡੇ ਮੁੱਦੇ ਸਾਰੇ ਜਿਹੜੇ, ਮੈਨੂੰ ਇਹ ਲੱਗਦਾ ਵੀ ਇਸ ਤਰ੍ਹਾਂ ਉਹਨਾਂ ਨੇ ਅਹਿਸਾਨ ਕਰਤੇ ਕਿ ਜਿਸ ਤਰ੍ਹਾਂ ਬਹੁਤ ਛੋਟੀ ਗੱਲ ਸੀ ਪਰ ਕਾਂਗਰਸ ਨੇ ਉਹਨੂੰ ਬਹੁਤ ਵੱਡੀ ਗੱਲ ਬਣਾ ਦਿੱਤੀ। ਤੁਸੀਂ ਪੈਟਰੋਲ ਦੇ ਵਿੱਚ, ਪੈਟਰੋਲ ਦਾ ਰੇਟ ਸਟੇਟ ਦੇ ਵੱਲੋਂ ਲਾਇਆ ਹੋਇਆ ਟੈਕਸ ਅਤੇ ਸੈਂਟਰ ਦੇ ਵੱਲੋਂ ਲਾਇਆ ਹੋਇਆ ਟੈਕਸ, ਤੁਸੀਂ ਦੇਖ ਲਓ ਵੀ ਸਟੇਟ ਦਾ ਕਿੰਨਾ ਵੱਡਾ ਟੈਕਸ, ਸੈਂਟਰ ਤੋਂ ਕਿਤੇ ਵੱਧ ਸਟੇਟ ਦਾ ਟੈਕਸ ਹੁੰਦਾ ਪੈਟਰੋਲ ਦਾ ਰੇਟ ਵਧਿਆ ਹੋਇਆ। ਨਰਿੰਦਰ ਮੋਦੀ ਜੇਕਰ ਬੀਜੇਪੀ ਦੇ ਇੱਕ ਲੀਡਰ ਨੇ ਤਾਂ ਉਹ ਮੇਰੇ ਵੀ ਪ੍ਰਧਾਨ ਮੰਤਰੀ ਨੇ, ਮੇਰੇ ਵੀ ਪ੍ਰਾਈਮ ਮਿਨਿਸਟਰ ਨੇ। ਪੰਜਾਬ ਨੂੰ ਕੀ ਦਿੱਤਾ ਮੋਦੀ? ਕਿ ਅੱਜ ਆਮ ਪਾਰਟੀ ਨੇ ਕਹਿਤਾ ਕਿ ਮਹੱਲਾ ਕੀ, ਤੁਸੀਂ ਇੱਕ ਮੇਜ਼ ਕੁਰਸੀ ਲਾ ਕੇ ਪੁਰਾਣੀ ਸਰਕਾਰਾਂ ਦੀ ਬਿਲਡਿੰਗ ਦੇ ਸਫੇਦੀ ਕਰਕੇ ਤੁਸੀਂ ਕਹਿੰਦੇ ਅਸੀਂ ਮਹੱਲਾ ਕੀ ਖੋਲਦਾ, ਅਤੇ ਉਹ ਕਿੰਨੀ ਵੱਡੀ ਚੀਜ਼ ਪ੍ਰਤੀ ਵਿਅਕਤੀ ਆਮਦਨ ਦਾ ਬਣ, 370 ਦਾ ਸੋਲਵ ਹੋਣਾ, 3 ਤਲਾਕ ਦਾ ਖਤਮ ਹੋਣਾ, CAA ਦਾ ਜਲਦੀ ਆਉਣਾ, ਸ਼੍ਰੀ ਰਾਮ ਮੰਦਰ ਮੁੱਦੇ ਦਾ ਹੱਲ ਹੋਣਾ, ਅਤੇ ਇੱਕ ਚੰਗੀ ਜਿਹੜੀ ਕਾਨੂੰਨ ਵਿਵਸਥਾ ਪੂਰੇ ਭਾਰਤ ਨੂੰ ਦੇਣੀ, ਅਤੇ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ 'ਤੇ ਭਾਰਤ ਦਾ ਜਿਹੜਾ ਕੱਦ ਵਧਣਾ, ਮੈਨੂੰ ਲੱਗਦਾ ਵੀ 15,000 ਬਹੁਤ ਛੋਟੀ ਰਕਮ ਹੈ ਜੋ ਮੋਦੀ ਜੀ ਨੇ ਹਰ ਬੰਦੇ ਨੂੰ ਜ਼ਿੰਦਗੀ ਦੇ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚਾਹੀਦੀ ਹੈ, ਸਾਨੂੰ ਨਰਿੰਦਰ ਮੋਦੀ ਵਰਗਾ ਜਿਹੜਾ ਤਾਕਤਵਰ ਪ੍ਰਾਈਮ ਮਿਨਿਸਟਰ ਚਾਹੀਦਾ ਜਿਹੜਾ ਕਿਸੇ ਦੇ ਅੱਗੇ ਨਾ। ਕੀ ਨਰਿੰਦਰ ਮੋਦੀ ਆਪਣੇ ਕੀਤੇ ਵਾਅਦੇ ਦੇ ਜਾਂ ਆਪਣੇ ਦਿੱਤੇ ਬਿਆਨ ਦੇ ਪੂਰੇ? ਹਾਂ ਜਾਂ ਨਾ? ਬਿਲਕੁਲ ਹਾਂ। ਬੰਦੀ ਸਿੰਘ ਕਹਿ ਰਹੇ ਨੇ, ਬਲਵੰਤ ਸਿੰਘ ਰਾਜਵਾਨਾ ਹੋਣ, ਜਗਤਾਰ ਸਿੰਘ ਹਵਾਰਾ ਹੋਣ, ਹੋਰ ਜਿੰਨੇ ਵੀ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਹੋਣ, ਸਾਰੇ ਨੇ, ਮੋਦੀ ਸਾਹਿਬ ਨੇ ਕਿਹਾ ਸੀ ਕਿ ਜਿੰਨੇ ਵੀ ਕੈਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਕੀਤੀ ਗਈ। ਪਰੰਤੂ ਮੈਂ ਸੱਚ ਦੇ ਵਿੱਚ ਵੀ ਸਰਕਾਰ ਨੂੰ ਲਿਬਰਲ ਵਿਊ ਲੈ ਕੇ ਜੇ ਕੋਈ ਲੱਗਦਾ ਤਾਂ ਗੱਲ ਅੱਗੇ ਸਹੀ ਫੈਸਲਾ ਲੈਣਾ ਚਾਹੀਦਾ। ਸਹੀ। ਸਤਿ ਸ਼੍ਰੀ ਅਕਾਲ, ਪੰਜਾਬ ਪ੍ਰਥਮ ਟੀਵੀ ਦੇ ਨਾਲ ਜੁੜੇ ਹੋਏ ਹੋ, ਮੈਂ ਸੰਸਾਰਦੀਪ ਸਿੰਘ। 2024 ਦੀਆਂ ਲੋਕ ਸਭਾ ਚੋਣਾਂ ਸਿਰ ਤੇ ਆਣ ਖੜੀਆਂ ਨੇ, ਕਿਸੇ ਵੀ ਸਮੇਂ ਚੋਣ ਬਿਗਲ ਵੱਜ ਸਕਦਾ ਹੈ ਅਤੇ ਵੱਡੀਆਂ ਪਾਰਟੀਆਂ ਆਪਣੀ ਆਪਣੀ ਜਿੱਤ ਦੇ ਦਾਅਵੇ ਹੁਣ ਤੋਂ ਹੀ ਠੋਕਣੇ ਸ਼ੁਰੂ ਕਰ ਦਿੱਤੇ ਨੇ। ਭਾਰਤੀ ਜਨਤਾ ਪਾਰਟੀ
ਲਗਾਤਾਰ ਲੰਮੇ ਸਮੇਂ ਤੋਂ ਸੱਤਾ ਦੇ ਵਿੱਚ ਆ ਤੇ ਉਹਨਾਂ ਦੇ ਵੱਲੋਂ ਵਿਕਾਸ ਕਾਰਜਾਂ ਦੇ ਦਾਅਵੇ ਵੱਡੇ ਵੱਡੇ ਕੀਤੇ ਜਾ ਰਹੇ ਨੇ। ਇੱਕ ਵੱਡੀ ਜਿੱਤ ਦੇ ਰੂਪ ਦੇ ਵਿੱਚ ਅਯੋਧਿਆ ਦੇ ਵਿੱਚ ਬਣੇ ਰਾਮ ਮੰਦਿਰ ਨੂੰ ਦੇਖਿਆ ਜਾ ਰਿਹਾ, ਜਿਸ ਤੋਂ ਬਾਅਦ ਨਰਿੰਦਰ ਮੋਦੀ ਦੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਦੀਆਂ ਅਟਕਲਾਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ। ਗੱਲ ਪੰਜਾਬ ਦੇ ਮੁੱਦੇ ਦੀ ਹੋਊਗੀ, ਗੱਲ ਆਮ ਆਦਮੀ ਪਾਰਟੀ ਦੀ ਹੋਊਗੀ, ਕਿਉਂਕਿ ਪੰਜਾਬ ਦੇ ਲੋਕਾਂ ਦੇ ਨਾਲ ਗੱਲ ਆਮ ਆਦਮੀ ਪਾਰਟੀ ਦੇ ਵੱਲੋਂ ਬਦਲਾਵ ਦੀ ਹੋਈ ਸੀ। ਅੱਜ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਐਡਵੋਕੇਟ ਮੁਕੇਸ਼ ਗਾਂਧੀ ਮੌਜੂਦ ਨੇ। ਗੱਲਬਾਤ ਕਰਾਂਗੇ ਕਿ ਆਖਰ ਰਾਮ ਮੰਦਿਰ ਦੇ ਨਾਲ ਕੀ ਬੀਜੇਪੀ ਨੂੰ ਕੋਈ ਫਰਕ ਪਊਗਾ, ਤੇ ਗੱਲ ਪੰਜਾਬ ਦੀ ਰਾਜਨੀਤੀ ਦੀ ਕਰਾਂਗੇ। ਐਡਵੋਕੇਟ ਸਾਹਿਬ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਹਾਂਜੀ ਵਧੀਆ ਵਧੀਆ ਠੀਕ। ਰਾਮ ਮੰਦਿਰ ਦੀ ਗੱਲ ਕੀਤੀ ਹੈ ਜੀ, ਕਿੱਡੇ ਕੁ ਵੱਡੀ ਅਚੀਵਮੈਂਟ ਮੰਨਦੇ ਹੋ ਜਾਂ ਕਿੱਡੇ ਕੁ ਵੱਡੇ ਆ ਜਿੱਤ ਮੰਨਦੇ ਹੋ ਜਾਂ ਤੋਹਫਾ ਮੰਨਦੇ ਹੋ? ਦੇਖੋ ਰਾਮ ਮੰਦਿਰ ਨੂੰ ਤੁਸੀਂ ਰਾਜਨੀਤਿਕ ਤੌਰ ਤੇ ਨਾ ਦੇਖੋ, ਧਾਰਮਿਕ ਆਸਥਾ ਇਹਦੇ ਨਾਲ ਜਿਹੜੀ ਹੈ ਸਾਰੇ ਹਿੰਦੁਸਤਾਨੀਆਂ ਦੀ ਆਸਥਾ ਜੁੜੀ ਹੋਈ ਹੈ। ਸਾਡੇ ਈਸਟ ਨੇ ਸਾਨੂੰ ਬਚਪਨ ਤੋਂ ਪੜ੍ਹਾਇਆ ਜਾਂਦਾ ਕਿ ਸ਼੍ਰੀ ਰਾਮ ਅਯੋਧਿਆ ਵਾਪਸ ਆਏ ਤਾਂ ਅਸੀਂ ਜਿਹੜੇ ਅਯੋਧਿਆ ਵਾਸੀਆਂ ਨੇ ਦੀਪ ਜਲਾ ਕੇ ਉਹਨਾਂ ਦਾ ਸਵਾਗਤ ਕਰਿਆ ਸੀ, ਇਸ ਲਈ ਆਪਾਂ ਆਪਣਾ ਸਭ ਤੋਂ ਵੱਡਾ ਤਿਉਹਾਰ ਜਿਹੜਾ ਦੀਵਾਲੀ ਮਨਾਉਂਦੇ। ਇਹ ਸਾਡਾ ਦੁਰਭਾਗ ਰਿਹਾ ਕਿ 500 ਸਾਲ ਦਾ ਲੰਬਾ ਸਮਾਂ ਜਿਹੜਾ ਇਹ ਮੰਦਿਰ ਬਣਨ ਲੱਗਿਆ, ਆਖਿਰਕਾਰ ਮੈਂ ਕਹਾਂਗਾ ਕਿ ਲੋਕਾਂ ਦੀ ਆਪਣੀ ਸਰਕਾਰ ਆਈ, ਲੋਕਾਂ ਦੀ ਆਵਾਜ਼ ਨੂੰ ਅਤੇ ਸਾਰੇ ਤੱਥ ਚਾਹੇ ਕਾਨੂੰਨੀ ਹੋਣ ਅਤੇ ਚਾਹੇ ਦੂਜੇ ਹੋਣ ਮਾਨਯੋਗ ਸੁਪਰੀਮ ਕੋਰਟ ਦੇ ਅੱਗੇ ਰੱਖੇ ਗਏ ਅਤੇ ਉਹਨਾਂ ਨੇ ਫੈਸਲਾ ਦਿਆ ਕਿ ਜਿਹੜੀ ਅਯੋਧਿਆ ਦੇ ਵਿੱਚ ਹੀ ਸ਼੍ਰੀ ਰਾਮ ਦਾ ਜਨਮ ਹੋਇਆ ਸੀ। ਜੋ ਕਾਂਗਰਸ ਇਹਨੂੰ ਕਹਿੰਦੀ ਸੀ ਕਿ ਸ਼੍ਰੀ ਰਾਮ ਕਾਲਪਨਿਕ ਹੈ, ਅੱਜ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਸ਼੍ਰੀ ਰਾਮ ਕਾਲਪਨਿਕ ਨਹੀਂ ਹੈ, ਉਹ ਸਾਡੇ ਈਸਟ ਹੈ। ਇਸ ਲਈ ਲੋਕਾਂ ਦੀ ਜਿਹੜੀ ਭਾਵਨਾ ਦੇ ਨਾਲ ਜੁੜਿਆ ਹੋਇਆ ਮੁੱਦਾ ਅਤੇ ਮੈਂ ਕਹਾਂਗਾ ਕਿ ਇਹ ਜਿੱਤ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਨੂੰ ਕਿ ਲੋਕਾਂ ਦੀ ਆਪਣੀ ਜਿੱਤ ਹੈ। ਮੇਰਾ ਗਾਂਧੀ ਸਾਹਿਬ ਸਵਾਲ ਪਹਿਲਾਂ ਹੀ ਰਾਮ ਮੰਦਿਰ ਬਾਰੇ ਕਰਨ ਦਾ ਮਕਸਦ ਇਹ ਸੀ, ਕਿਉਂਕਿ ਜਦੋਂ ਅਸੀਂ ਵਿਰੋਧੀਆਂ ਕੋਲ ਗੱਲ ਕਰਦੇ ਹਾਂ ਜਾਂ ਬੀਜੇਪੀ ਦੇ ਜਿਹੜੇ ਸਪੋਰਟਰ ਨਹੀਂ ਹੈਗੇ, ਆਮ ਲੋਕ ਹੋਣ ਚਾਹੇ ਉਹ ਲੀਡਰਸ਼ਿਪ ਹੋਵੇ ਚਾਹੇ ਪਾਰਟੀਆਂ ਹੋਣ, ਤਾਂ ਉਹ ਕਹਿੰਦੇ ਯਾਰ ਗੱਲ ਮੋਦੀ ਸਾਹਿਬ ਵੱਲੋਂ ਰੁਜ਼ਗਾਰ ਦੇਣ ਦੀ ਹੋਈ ਸੀ ਕਿ 2 ਕਰੋੜ ਰੁਜ਼ਗਾਰ ਦਿੱਤਾ ਜਾਊਗਾ, ਹੋਰ ਬਹੁਤ ਵਿਕਾਸ ਕੀਤਾ ਜਾਊਗਾ ਦੇਸ਼ ਦਾ, ਦੇਸ਼ ਦੀਆਂ ਸੜਕਾਂ ਵਧੀਆ ਬਣਾਈਆਂ ਜਾਣਗੀਆਂ। ਕਹਿੰਦੇ ਵੀ ਕਿੱਥੇ ਆ ਗਈ ਰਾਜਨੀਤੀ, ਕਹਿੰਦੇ ਹੁਣ ਰਾਮ ਮੰਦਿਰ ਦੇ ਕੰਸਟਰਕਸ਼ਨ ਨੂੰ ਵੀ ਵਿਕਾਸ ਸਮਝੀ ਜਾਂਦੇ ਨੇ ਲੋਕ। ਦੇਖੋ ਆਪਣੀ ਸੰਸਕ੍ਰਿਤੀ ਨੂੰ ਭੁੱਲ ਕੇ ਕਦੇ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ। ਆਪਣੀ ਸੰਸਕ੍ਰਿਤੀ ਦੇ ਨਾਲ ਨਾਲ ਵਿਕਾਸ ਨੂੰ ਨਵੀਂ ਲੀਹਾਂ 'ਤੇ ਜਿਹੜੇ ਨਰਿੰਦਰ ਮੋਦੀ ਲੈ ਕੇ ਗਏ ਆ। ਸੜਕਾਂ ਦੀ ਤੁਸੀਂ ਗੱਲ ਕੀਤੀ, ਮੈਂ ਨਹੀਂ ਕਹਿੰਦਾ ਪੂਰੇ ਭਾਰਤ ਦੇ ਵਿੱਚ ਕਿ ਜਿਹੜੀ ਸੜਕ ਹੈ ਕੋਈ ਵੀ ਨੈਸ਼ਨਲ ਹਾਈਵੇ ਕੋਈ ਖਰਾਬ ਹੋਵੇ, ਅੱਗੇ 4 ਲੇਨ 8 ਲੇਨ ਇਹੋ ਜਿਹੇ ਸਾਨੂੰ ਹਾਈਵੇ ਮਿਲ ਗਏ। ਮੇਰੇ ਹੁਣ ਕੁਝ ਦੋਸਤ ਗਏ ਸੀਗੇ ਮੱਧ ਪ੍ਰਦੇਸ਼ ਜਾ ਕੇ ਆਏ, ਮਹਾਰਾਸ਼ਟਰ ਜਾ ਕੇ ਆਏ, ਉਹ ਕਹਿੰਦੇ ਵੀ ਅਸੀਂ ਤਾਂ ਸੋਚ ਹੀ ਨਹੀਂ ਸਕਦੇ ਕਿਉਂਕਿ ਪੰਜਾਬ ਜਿਹੜੀ ਬੜੀ ਛੋਟੀ ਸਟੇਟ ਹੈ ਜੀ, ਉੱਥੇ ਆਬਾਦੀ ਵੀ ਘੱਟ ਹੈ ਅਤੇ ਏਰੀਆ ਬਹੁਤ ਜ਼ਿਆਦਾ। ਉਹ ਕਹਿੰਦੇ ਵੀ ਇਸ ਤਰ੍ਹਾਂ ਸੜਕਾਂ ਬਣੀਆਂ ਪਈਆਂ ਨੇ ਵੀ ਕਮਾਲ ਕਰਤੀ ਮੋਦੀ ਜੀ ਨੇ। ਅਤੇ ਅਸੀਂ ਵੀ ਜਦੋਂ ਬਚਪਨ ਦੇ ਵਿੱਚ ਮੈਂ ਕਹਾਂਗਾ ਕਿ ਜਦੋਂ ਅਸੀਂ ਸਕੂਲ ਦੇ ਵਿੱਚ ਜਾਂ ਕਾਲਜ ਦੇ ਵਿੱਚ ਆਪਾਂ ਇਕਨੋਮਿਕਸ ਪੜ੍ਹਦੇ ਸੀ, ਸਾਨੂੰ ਇੱਕੋ ਗੱਲ ਕਹੀ ਜਾਂਦੀ ਸੀ ਕਿ ਤੁਸੀਂ ਸੜਕਾਂ ਬਣਾ ਦਿਓ ਵਿਕਾਸ ਆਪਣੇ ਆਪ ਹੋ ਜਾਊਗਾ। ਉਹ ਚੀਜ਼ਾਂ ਸਾਡੇ ਕੋਲ ਹੈ, ਹੁਣ ਇੰਡਸਟਰੀਅਲ ਡਿਵੈਲਪਮੈਂਟ ਹੋ ਰਹੀ ਹੈ, ਇਹ ਰੁਜ਼ਗਾਰ ਦੀ ਗੱਲ ਕਰਦੇ ਹਾਂ। ਤੁਸੀਂ ਦੇਖੋ ਕਿੰਨੀ ਇੰਡਸਟਰੀ ਆਈ ਹੈ, ਤੁਸੀਂ ਇੰਪੋਰਟ ਨੂੰ ਲੈ ਕੇ ਐਕਸਪੋਰਟ ਨੂੰ ਲੈ ਕੇ ਤੁਸੀਂ ਪੁਰਾਣੀਆਂ ਫਿਗਰਸ ਦੇਖ ਲਓ, ਇੰਡਸਟਰੀ ਨੂੰ ਦੇਖ ਕੇ ਪੁਰਾਣੀਆਂ ਫਿਗਰਸ ਦੇਖ ਲਓ,
ਅਤੇ ਆਉਣ ਵਾਲਾ ਸਮਾਂ ਤਾਂ ਆਪਣੇ ਸਾਹਮਣੇ ਹੀ ਹੈ, ਸਭ ਨੂੰ ਪਤਾ ਹੈ ਕਿ ਭਾਰਤ ਜਿਹੜਾ ਕਿਹੋ ਜਿਹੀ ਇਕਨੋਮੀ ਬਣਨ ਜਾ ਰਿਹਾ। ਸੋ ਇਸ ਲਈ ਇਹ ਰੁਜ਼ਗਾਰ ਕਹਾਂਗਾ, ਵਿਕਾਸ ਕਹਾਂਗਾ, ਹਰ ਪੱਖ 'ਤੇ ਜਿਹੜੀ ਹੈ ਨਰਿੰਦਰ ਮੋਦੀ ਨੇ ਭਾਰਤ ਨੂੰ ਇੱਕ ਨਵੀਂ ਜਗ੍ਹਾ 'ਤੇ ਲਿਆ ਕੇ ਖੜਾ ਕਰਤਾ। ਤੁਸੀਂ ਕਿਹਾ ਵੀ ਵਿਕਾਸ ਦੇ ਮਾਮਲੇ 'ਚ ਮੋਦੀ ਸਾਹਿਬ ਨੇ ਭਾਰਤ ਨੂੰ ਨਵੀਂ ਜਗ੍ਹਾ 'ਤੇ ਲਿਆ ਕੇ ਖੜਾ ਕਰਤਾ, ਪਰ ਕਾਂਗਰਸ ਤਾਂ ਕਹਿੰਦੀ ਹੈ, ਕਹਿੰਦੇ ਜਿਹੜੇ ਅਸੀਂ ਨੇ 70 ਸਾਲ ਰਾਜ ਕਰਕੇ ਚੀਜ਼ਾਂ ਬਣਾਈਆਂ ਸੀ ਦੇਸ਼ ਦੇ ਵਿੱਚ, ਚਾਹੇ ਏਅਰਪੋਰਟ ਹੋਣ, ਚਾਹੇ ਰੇਲਵੇ ਸਟੇਸ਼ਨ ਹੋਣ ਜਾਂ ਕੁਝ ਵੀ ਹੋਵੇ, ਕਹਿੰਦੇ ਮੋਦੀ ਸਾਹਿਬ ਨੇ ਹੋਰ ਤਾਂ ਕੁਝ ਕੀਤਾ ਨਹੀਂ, ਕਹਿੰਦੇ ਉਹਨਾਂ ਨੂੰ ਵੇਚ ਜ਼ਰੂਰ ਦਿੱਤਾ ਜੀ, ਕਹਿੰਦੇ ਪ੍ਰਾਈਵੇਟ ਕਰਤਾ ਸਾਰਾ ਕੁਝ। ਕਾਂਗਰਸ ਦੀ ਆਪਣੀ ਗੱਲ ਹੈ, ਦੇਖੋ ਸਭ ਤੋਂ ਵੱਡੀ ਗੱਲ ਹੁੰਦੀ ਸਿਹਤ। ਤੁਸੀਂ ਇਹ ਦੇਖ ਲਓ ਕਿ ਕਾਂਗਰਸ ਦੇ ਰਾਜ ਦੇ ਵਿੱਚ ਕਿੰਨੇ ਏਮਸ ਬਣੇ ਸੀਗੇ, ਅੱਜ ਤੁਸੀਂ ਦੇਖ ਲਓ ਮੋਦੀ ਸਰਕਾਰ ਦੇ ਵਿੱਚ। ਇਹ ਮੈਂ ਆਪਣੇ ਮੂੰਹ ਤੋਂ ਨਹੀਂ ਕਹਿੰਦਾ, ਇਹ ਤਾਂ ਫਿਗਰਸ ਜਿਹੜੀਆਂ ਸਾਰੀਆਂ ਗੂਗਲ 'ਤੇ ਪਈਆਂ, ਬੰਦਾ ਸਾਰੀ ਦੇਖ ਸਕਦਾ। ਐਜੂਕੇਸ਼ਨ, ਹੁਣ ਜਿਹੜਾ ਭਾਰਤ ਹੈ, ਇੱਕ ਮਤਲਬ ਕਿ ਭਾਰਤ ਦਾ ਯੂਥ ਵੀ ਕਹਾਂਗਾ, ਅਤੇ ਸਾਡਾ ਜਿਹੜਾ ਆਪਣਾ, ਚਾਹੇ ਉਹ ਬਾਹਰ ਐਜੂਕੇਸ਼ਨ ਲੈਣ ਜਾ ਰਿਹਾ, ਚਾਹੇ ਉਹ ਭਾਰਤ ਦੇ ਵਿੱਚ ਲੈ ਰਿਹਾ, ਮਤਲਬ ਇੱਕ ਨਵੀਂ, ਜਿਸ ਤਰ੍ਹਾਂ ਉਹਨਾਂ ਨੇ ਇੱਕ ਪ੍ਰੋਗਰਾਮ ਸ਼ੁਰੂ ਕਰਿਆ ਸਕਿੱਲ ਇੰਡੀਆ, ਕਿ ਉਹਨਾਂ ਨੇ ਕਿਹਾ ਕਿ ਭਾਰਤ ਦਾ ਨੌਜਵਾਨ ਇੱਕ ਇਹੋ ਜਿਹੀ ਐਜੂਕੇਸ਼ਨ ਲਏ ਕਿ ਉਹ ਟੈਕਨੀਕਲੀ ਜੋਬ ਓਰੀਐਂਟਡ ਜਿਹੜੀ ਹੈ ਉਹਨਾਂ ਨੂੰ ਐਜੂਕੇਸ਼ਨ ਮਿਲੇ। ਸੋ ਇਸ ਕਰਕੇ ਉਹਨਾਂ ਨੇ, ਮੈਂ ਤਾਂ ਕਹਾਂਗਾ ਵਿੱਦਿਆ ਦੇ ਖੇਤਰ ਦੇ ਵਿੱਚ ਵੀ, ਅਤੇ ਜਿਹੜਾ ਤੁਹਾਡਾ ਹੈਲਥ ਦੇ ਖੇਤਰ ਦੇ ਵਿੱਚ ਵੀ ਬਹੁਤ ਜਿਹੜਾ ਵੱਡਾ ਕੰਮ ਜਿਹੜਾ ਮੋਦੀ ਜੀ ਨੇ ਕਰਿਆ। ਨਰਿੰਦਰ ਮੋਦੀ ਸਾਹਿਬ ਨੂੰ ਤੁਸੀਂ ਰੀਪ੍ਰਜੈਂਟ ਕਰ ਰਹੇ ਹੋ ਕਿ ਮੋਦੀ ਸਾਹਿਬ ਨੇ ਕੀਤਾ, ਬੀਜੇਪੀ ਦੀ 2014 ਦੇ ਵਿੱਚ ਗੌਰਮੈਂਟ ਆਉਂਦੀ ਹੈ। ਹੁਣ ਤਾਂ ਜੀ ਸਵਾਲ ਖੜੇ ਕਰਨੇ ਲੋਕਾਂ ਨੇ ਵੀ ਸ਼ੁਰੂ ਕਰਤੇ ਨੇ, ਕਹਿੰਦੇ ਕਿ ਸਿਰਫ ਨਰਿੰਦਰ ਮੋਦੀ ਹੀ ਚਿਹਰਾ ਨੇ ਭਾਰਤੀ ਜਨਤਾ ਪਾਰਟੀ ਕੋਲ ਪ੍ਰਾਈਮ ਮਿਨਿਸਟਰ ਫੇਸ ਦੇ ਲਈ, ਕਿ ਹੋਰ ਕੋਈ ਵੱਡਾ ਲੀਡਰ ਨਹੀਂ ਜਿਹੜਾ ਹਰ ਇਲੈਕਸ਼ਨ, ਚਾਹੇ ਉਹ ਸਟੇਟ ਇਲੈਕਸ਼ਨ ਹੋਵੇ ਚਾਹੇ ਉਹ ਲੋਕਲ ਇਲੈਕਸ਼ਨ ਹੋਵੇ, ਉਹ ਵੀ ਮੋਦੀ ਸਾਹਿਬ ਦੇ ਚਿਹਰੇ ਦੇ ਉੱਪਰ ਲੜੀ ਜਾ ਰਹੀ ਹੈ। ਇਹ ਵਿਰੋਧੀਆਂ ਦੇ ਕਹਿਣ ਦੀ ਗੱਲ ਹੈ, ਮੈਂ ਤੁਹਾਨੂੰ ਪਹਿਲਾਂ ਚੀਫ ਮਿਨਿਸਟਰ ਦੀ ਗੱਲ ਕਰਦਾ, ਯੋਗੀ ਜੀ, ਮਨੋਹਰ ਲਾਲ ਖੱਟਰ ਜੀ, ਮੈਂ ਸੈਕਿੰਡ ਲੀਡਰਸ਼ਿਪ ਦੀ ਜਿਹੜੀ ਗੱਲ ਕਰ ਰਿਹਾ ਹਾਲੇ। ਆਪਾਂ ਮੱਧ ਪ੍ਰਦੇਸ਼ ਦਾ ਇਲੈਕਸ਼ਨ ਦੇਖਿਆ, ਉੱਥੋਂ ਦੇ ਚੀਫ ਮਿਨਿਸਟਰ ਸਾਹਿਬ, ਤੁਸੀਂ ਇਹ ਦੇਖੋ ਸੈਕਿੰਡ ਲੀਡਰਸ਼ਿਪ। ਫਿਰ ਸੋਸ਼ਲ ਮੀਡੀਆ ਤੁਸੀਂ ਦੇਖਦੇ ਹੋ, ਨਿਤਿਨ ਗਡਕਰੀ ਜੀ, ਅਸ਼ਵਨੀ ਵੈਸ਼ਨਵ ਜੀ ਰੇਲਵੇ ਦੇ ਵਿੱਚ ਕੰਮ ਕਰ ਰਹੇ ਹੈ, ਸਾਡੇ ਰਾਜਨਾਥ ਜੀ। ਹੁਣ ਜੇ ਤੁਸੀਂ ਚਿਹਰਿਆਂ ਦੀ ਗੱਲ ਕਰੋ ਤਾਂ ਮੈਂ ਨਹੀਂ ਕਹਿੰਦਾ ਵਿਰੋਧੀਆਂ ਦੇ ਕਹਿਣ ਦੀ ਗੱਲ ਹੈ, ਕਿਉਂਕਿ ਨਰਿੰਦਰ ਮੋਦੀ ਜੀ ਨੇ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਭਾਰਤ ਨੂੰ ਇੱਕ ਨਵੀਂ ਲੀਹ 'ਤੇ ਲਿਆ ਕੇ ਖੜਾ ਕਰਤਾ। ਤੁਸੀਂ ਨੈਸ਼ਨਲ ਲੈਵਲ 'ਤੇ, ਤੁਸੀਂ ਇੰਟਰਨੈਸ਼ਨਲ ਲੈਵਲ 'ਤੇ, ਤੁਸੀਂ ਅੱਜ ਭਾਰਤ ਦੀ ਇਮੇਜ ਦੇਖੋ। ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਦਾ ਕਿ ਇਹੀ ਕਾਂਗਰਸ ਦੀ ਗੌਰਮੈਂਟ ਸੀ। ਦੇਖੋ ਅਸੀਂ ਗੱਲ ਕਰਦੇ ਸੀ ਪਹਿਲਾਂ, ਮੈਂ ਇੱਕ ਮੇਰੇ ਮਿੱਤਰ ਬੈਠੇ ਉਹ ਗੱਲ ਕਰ ਰਹੇ ਹਾਂ, ਕੀ ਗੱਲ, ਮੈਂ ਕਿਹਾ ਯਾਰ ਦੇਖੋ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਵੀ ਤਰੱਕੀ ਤਾਂ ਹੁਣ ਸਮੇਂ ਦੇ ਨਾਲ ਹੋਣੀ ਹੋਣੀ ਹੈ, ਵੀ ਤੁਸੀਂ ਇਹੋ ਜਿਹਾ ਮੋਦੀ ਜੀ ਨੇ ਕੀ ਕਰਤਾ ਜੀ, ਸਾਰੇ ਤੁਸੀਂ ਮੋਦੀ ਮੋਦੀ ਕਰਦੇ ਹੋ ਬਾਹਰ। ਕਹਿੰਦੇ ਜੀ ਅਸੀਂ ਮੋਦੀ ਮੋਦੀ ਇਸ ਤਰ੍ਹਾਂ ਨਹੀਂ ਕਰਦੇ, ਜੇ ਸਾਨੂੰ ਪਹਿਲਾਂ ਆਪਾਂ ਬਾਹਰ ਕਿਤੇ ਲਿਖ ਕੇ ਦੇਣਾ ਹੁੰਦਾ ਸੀ ਕਿ ਤੁਹਾਡੀ ਨੈਸ਼ਨੈਲਿਟੀ ਕੀ ਹੈ, ਕਹਿੰਦੇ ਅਸੀਂ ਲਿਖਦੇ ਸੀ ਏਸ਼ੀਅਨ, ਅਸੀਂ ਇੰਡੀਅਨ ਕਹਿੰਦੇ, ਥੋੜ੍ਹਾ ਜਿਹਾ ਗਰੇਜ ਕਰਦੇ ਸੀ ਫੋਰਨਰਸ ਇਹ ਗੱਲ ਕਹੀ, ਤੇ ਅੱਜ ਅਸੀਂ ਵੀ ਫੀਲ ਪ੍ਰਾਊਡ ਕਿ ਇਸ ਕਿ ਆਪਾਂ ਲਿਖਦੇ ਹਾਂ ਕਿ ਸਾਡੀ ਜਿਹੜੀ ਨੈਸ਼ਨੈਲਿਟੀ ਹੈ ਉਹ ਇੰਡੀਅਨ ਹੈ, ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ। ਪਰ ਹਾਂਜੀ, ਹੁਣ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ, ਨਰਿੰਦਰ ਮੋਦੀ ਨਾ ਹੁੰਦੇ ਕਿਆ ਤੁਸੀਂ 3 ਤਲਾਕ ਵਾਲਾ ਮੁੱਦਾ ਸੋਲਵ ਹੋ ਸਕਦਾ ਸੀ, ਨਰਿੰਦਰ ਮੋਦੀ ਨਾ ਹੁੰਦੇ ਕਿ 370 ਟੁੱਟ ਸਕਦੀ ਸੀ, ਤੁਸੀਂ ਸ਼੍ਰੀ ਰਾਮ ਜਨਮ ਭੂਮੀ ਦਾ ਮੁੱਦਾ ਕਿਹਾ, ਇੰਨੇ ਵੱਡੇ ਵੱਡੇ ਮੁੱਦੇ ਸਾਰੇ ਜਿਹੜੇ, ਮੈਨੂੰ ਇਹ ਲੱਗਦਾ ਵੀ ਇਸ ਤਰ੍ਹਾਂ ਉਹਨਾਂ ਨੇ ਆਸਾਨ ਕਰਤੇ ਕਿ ਜਿਸ ਤਰ੍ਹਾਂ ਬਹੁਤ ਛੋਟੀ ਗੱਲ ਸੀ ਪਰ ਕਾਂਗਰਸ ਨੇ ਉਹਨੂੰ ਬਹੁਤ ਵੱਡੀ ਗੱਲ ਬਣਾ ਕੇ ਰੱਖਿਆ ਹੋਇਆ। ਪਰ ਮੁੱਦੇ ਆਸਾਨ ਕਰਤੇ ਤੁਸੀਂ, ਹੈ ਨਾ, ਵੱਡੀਆਂ ਅਚੀਵਮੈਂਟਸ ਗਣਾਈਆਂ ਨੇ ਨਰਿੰਦਰ ਮੋਦੀ ਹੁਣ ਨੇ। ਹੁਣ ਮੈਂ ਆਮ ਲੋਕਾਂ ਵੱਲ ਆਉਂਦਾ, ਆਮ ਲੋਕਾਂ ਦੇ ਜਦੋਂ ਬਜਟ ਦੇ ਉੱਪਰ ਨਿਗਾਹ ਜਾਂਦੀ ਹੈ ਤਾਂ ਆਮ ਲੋਕ ਕਹਿੰਦੇ ਨੇ ਕਿ ਗੈਸ ਸਿਲੰਡਰ ਜਿਹੜਾ ਕੁਝ ਸਾਲ ਪਹਿਲਾਂ 400-500 ਦਾ ਸੀ, ਅੱਜ 1000 ਦਾ ਹੋ ਚੁੱਕਿਆ,
ਪੈਟਰੋਲ ਡੀਜ਼ਲ ਜਿਹੜਾ 60-65 ਰੁਪਏ ਦਾ ਸੀ ਉਹ 100 ਦਾ ਹੋ ਚੁੱਕਿਆ। ਕਹਿੰਦੇ ਮਹਿੰਗਾਈ ਤਾਂ ਵਧੀ ਆ, ਕਹਿੰਦੇ ਫਿਰ ਵਿਕਾਸ ਕਿੱਥੇ ਕਰਦਾ। ਮੈਂ ਤੁਹਾਡੀ ਗੱਲ ਨਾਲ ਕਾਫੀ ਹੱਦ ਤੱਕ ਸਹਿਮਤ ਹੋ ਸਕਦਾ। ਤੁਸੀਂ ਪੈਟਰੋਲ ਦੀ ਗੱਲ, ਤੁਸੀਂ ਪੈਟਰੋਲ ਦੇ ਵਿੱਚ ਪੈਟਰੋਲ ਦਾ ਰੇਟ, ਸਟੇਟ ਦੇ ਵੱਲੋਂ ਲਾਇਆ ਹੋਇਆ ਟੈਕਸ ਤੇ ਸੈਂਟਰ ਦੇ ਵੱਲੋਂ ਲਾਇਆ ਹੋਇਆ ਟੈਕਸ, ਤੁਸੀਂ ਦੇਖ ਲਓ ਕਿ ਸਟੇਟ ਦਾ ਕਿੰਨਾ ਵੱਡਾ ਟੈਕਸ ਹੈ। ਸੈਂਟਰ ਤੋਂ ਕਿਤੇ ਵੱਧ ਸਟੇਟ ਦਾ ਟੈਕਸ ਹੁੰਦਾ, ਤਾਂ ਪੈਟਰੋਲ ਦਾ ਰੇਟ ਵਧਿਆ ਹੋਇਆ। ਦੂਜੀ ਕਿ ਅੱਜ ਲੋਕ ਇਹਨੂੰ ਮੈਂ ਕਹਿ ਸਕਦਾ ਵੀ ਪੈਟਰੋਲ ਨੂੰ ਅਫੋਰਡ ਕਰ ਸਕਦੇ ਹਾਂ, ਕਿਉਂਕਿ ਉਹਨਾਂ ਦੀ ਜਿਹੜੀ ਪ੍ਰਤੀ ਵਿਅਕਤੀ ਜਿਹੜੀ ਆਮਦਨ ਹੈ ਉਹ ਜਿਹੜੀ ਵਧੀ ਹੈ। ਇਸ ਕਰਕੇ ਪੈਟਰੋਲ ਮਹਿੰਗਾਈ ਦੇ ਨਾਲ ਨਾਲ ਇਹ ਮੁੱਦੇ ਤਾਂ ਹੈ, ਪਰ ਜਦੋਂ ਅਸੀਂ ਓਵਰਆਲ ਡਿਵੈਲਪਮੈਂਟ ਦੇਖਦੇ ਹਾਂ ਤਾਂ ਇਹ ਲੱਗਦਾ ਵੀ ਇਹ ਮੁੱਦੇ ਛੋਟੇ ਨੇ। ਅਤੇ ਅੱਜ ਜਿਹੜੇ ਭਾਰਤ ਨੂੰ ਨਵਾਂ ਭਾਰਤ ਵਿਕਸਿਤ ਕਰਨ ਦੇ ਲਈ ਨਰਿੰਦਰ ਮੋਦੀ ਜੀ ਦੀ ਲੋੜ ਹੈ, ਅਤੇ ਇੱਕ ਇਹੀ ਵਿਅਕਤੀ ਹੈ ਜਿਹੜਾ ਭਾਰਤ ਨੂੰ ਇੱਕ ਬਹੁਤ ਉਚਾਈਆਂ 'ਤੇ ਲੈ ਕੇ ਜਾ ਸਕਦਾ। ਇਸ ਲਈ ਹਰ ਵਿਅਕਤੀ ਜਿਹੜਾ ਹੈ ਨਰਿੰਦਰ ਮੋਦੀ ਜੀ ਦੇ ਨਾਲ। ਪੰਜਾਬ ਦੀ ਗੱਲ ਕਰਾਂਗੇ ਕਿਉਂਕਿ ਤੁਸੀਂ ਪੰਜਾਬ ਦੇ ਨਾਲ ਸੰਬੰਧਿਤ ਹੋ। ਨਰਿੰਦਰ ਮੋਦੀ ਜੇਕਰ ਬੀਜੇਪੀ ਦੇ ਇੱਕ ਲੀਡਰ ਨੇ ਤਾਂ ਉਹ ਮੇਰੇ ਵੀ ਪ੍ਰਧਾਨ ਮੰਤਰੀ ਨੇ, ਮੇਰੇ ਵੀ ਪ੍ਰਾਈਮ ਮਿਨਿਸਟਰ ਨੇ ਉਹ। ਪੰਜਾਬ ਨੂੰ ਕੀ ਦਿੱਤਾ ਮੋਦੀ ਸਾਹਿਬ ਨੇ? ਪੰਜਾਬ ਦੇ ਵਸਿੰਦੇ ਹੋ, ਪੰਜਾਬ ਦੀ ਰਾਜਨੀਤੀ ਦੇ ਨਾਲ ਸੰਬੰਧਿਤ ਹੋ, ਪੰਜਾਬ ਦੀ ਕਾਰਜਕਾਰਨੀ ਕਮੇਟੀ ਬੀਜੇਪੀ ਦੇ ਵਿੱਚ ਮੈਂਬਰ ਹੋ, ਪੰਜਾਬ ਨੂੰ ਕੀ ਦਿੱਤਾ? ਵੈਸੇ ਕੁਐਸਚਨ ਤਾਂ ਤੁਹਾਡਾ ਕਰਨਾ ਬਣਦਾ, ਪਰ ਮੈਂ ਤੁਹਾਨੂੰ ਕਰਦਾ ਕਿ ਆਪਾਂ ਨੂੰ ਆਮ ਆਦਮੀ ਪਾਰਟੀ ਹੋ ਗਈ, ਆਮ ਆਦਮੀ ਪਾਰਟੀ ਨੇ ਕੀ ਦਿੱਤਾ ਸਰ? ਅੱਜ ਨਹੀਂ, ਮੈਂ ਤੁਹਾਡੀ ਗੱਲ ਦਾ ਜਵਾਬ ਕਿ ਅੱਜ ਆਮ ਪਾਰਟੀ ਨੇ ਕਹਿਤਾ ਕਿ ਮਹੱਲਾ ਕਲੀਨਿਕ ਖੋਲਦੇ। ਤੁਸੀਂ ਇੱਕ ਮੇਜ਼ ਕੁਰਸੀ ਲਾ ਕੇ ਪੁਰਾਣੀ ਸਰਕਾਰਾਂ ਦੀ ਬਿਲਡਿੰਗ ਦੇ ਸਫੇਦੀ ਕਰਕੇ ਤੁਸੀਂ ਕਹਿੰਦੇ ਹੋ ਅਸੀਂ ਮਹੱਲਾ ਕਲੀਨਿਕ ਖੋਲਦਾ, ਅਤੇ ਉਹ ਕਿੰਨੀ ਵੱਡੀ ਅਚੀਵਮੈਂਟ ਹੈ। ਜੇ ਹਸਪਤਾਲ ਦੇਖਣਾ ਉਹ ਦੇਖੋ, ਮੋਦੀ ਜੀ ਨੇ ਜਿਹੜਾ ਨਵੇਂ ਚੰਡੀਗੜ੍ਹ ਵਿੱਚ ਕੈਂਸਰ ਹੋਸਪਿਟਲ ਦੇ ਆ, ਉਹ ਹੈ ਆਈ ਆਈ ਟੀ ਰੋਪੜ ਦੇ ਵਿੱਚ, ਮਤਲਬ ਜੋ ਪੰਜਾਬ ਜੋ ਹਸਪਤਾਲ ਹੈ, ਜੋ ਲੋਕਾਂ ਨੂੰ ਜਿਹੜੀ ਮੁੱਢਲੀ ਚੀਜ਼ ਦੇਣੀ ਹੈ ਉਹ ਤੁਸੀਂ ਕੈਂਸਰ ਹੋਸਪਿਟਲ ਦੇਖ ਲਓ, ਅਤੇ ਸਿਹਤ ਦਾ ਰਾਗ ਲਾਪਣ ਵਾਲੀ ਜਿਹੜੀ ਆਮ ਆਦਮੀ ਪਾਰਟੀ ਹੈ ਉਹਦਾ ਦੇਖ ਲਓ। ਤੁਸੀਂ ਮਹੱਲਾ ਕਲੀਨਿਕ ਦੀ ਗੱਲ ਕੀਤੀ ਹੈ ਕਿ ਸਫੇਦੀ ਕਰਕੇ ਮੇਜ਼ ਕੁਰਸੀ ਰੱਖ ਕੇ ਹੋਸਪਿਟਲ ਨਹੀਂ ਬਣਦਾ, ਹੈਲਥ ਸਿਸਟਮ ਨਹੀਂ ਸੁਧਰ ਸਕਦਾ, ਪਰ ਕੇਜਰੀਵਾਲ ਸਾਹਿਬ ਤਾਂ ਲਗਾਤਾਰ ਬਿਆਨ ਦਿੰਦੇ ਨੇ ਕਹਿੰਦੇ ਸਾਡਾ ਤਾਂ ਮਾਡਲ ਇੰਨਾ ਕਾਮਯਾਬ ਆ, ਕਹਿੰਦੇ ਅਮਰੀਕਾ ਤੱਕ ਵੀ ਮੰਗ ਰਿਹਾ। ਮੈਨੂੰ ਲੱਗਦਾ ਨਹੀਂ, ਤੁਸੀਂ ਦਿੱਲੀ ਦੀ ਜਨਤਾ ਤੋਂ ਪੁੱਛ ਸਕਦੇ ਹੋ, ਪੰਜਾਬ ਤੁਹਾਡੇ ਸਾਹਮਣੇ ਹੈ, ਹੁਣ ਇਹ ਦੋਨੋਂ ਇਗਜ਼ਾਮਪਲ ਤੁਹਾਡੇ ਸਾਹਮਣੇ ਹੈ, ਤੁਸੀਂ ਜਾ ਕੇ ਦੇਖੋ ਮਹੱਲਾ ਕਲੀਨਿਕਸ ਦਾ ਕੀ ਹਾਲ ਹੈ, ਜੇ ਉੱਥੇ ਤੁਹਾਨੂੰ ਡਾਕਟਰ ਮਿਲ ਵੀ ਜਾਣਗੇ, ਕਿੰਨੇ ਕੁ ਬੰਦੇ ਉੱਥੇ ਜਾਂਦੇ ਆ ਕਲੀਨਿਕਸ 'ਤੇ? ਕਿਆ ਤੁਸੀਂ ਇਸ ਗੱਲ ਨੂੰ ਜਿਹੜਾ ਕੈਂਸਰ ਹੋਸਪਿਟਲ ਮੋਦੀ ਸਾਹਿਬ ਨੇ ਦਿਆ ਉਹਦੇ ਨਾਲ ਕਿਤੇ ਆਪਾਂ ਕੰਪੇਅਰ ਕਰ ਸਕਦੇ ਹਾਂ? ਆਮ ਲੋਕਾਂ ਦੀ ਬਹੁਤ ਵੱਡੀ ਦੇਣ ਹੈ। ਮੈਂ ਕਹਿ ਰਿਹਾ ਕਿ ਇਹ ਜਿਹੜੀ ਸਰਕਾਰ ਹੈ ਇਹ ਆਮ ਲੋਕਾਂ ਦੀ ਸਰਕਾਰ ਨਹੀਂ ਹੈ, ਇਹ ਸਿਰਫ ਖਾਸ ਲੋਕਾਂ ਦੀ ਸਰਕਾਰ ਹੈ। ਚਾਹੇ ਦਿੱਲੀ ਨੇ ਹੁਣ ਰਾਜ ਸਭਾ ਦੇ ਜਿਹੜੇ ਨੁਮਾਇੰਦੇ ਘੋਸ਼ਿਤ ਕਰੇ ਹੋਣ, ਚਾਹੇ ਪੰਜਾਬ ਦੇ ਵਿੱਚੋਂ ਰਾਜ ਸਭਾ ਦੇ ਜਿਹੜੇ ਵੀ ਨੁਮਾਇੰਦੇ ਗਏ, ਤੁਸੀਂ ਦੇਖ ਸਕਦੇ ਹੋ। ਪਰ ਹੁਣ ਮੈਂ ਤੁਹਾਨੂੰ ਗੱਲ ਛੋਟੀ ਜਿਹੀ ਕਰ ਰਿਹਾ, ਤੁਸੀਂ ਕਹਿੰਦੇ ਪੰਜਾਬ ਦੇ ਲਈ ਮੋਦੀ ਜੀ ਨੇ ਕਿਹਾ ਦਿਆ, ਮੈਂ ਇੱਥੇ ਨਗਰ ਕੌਂਸਲ ਦੇ 2015 ਤੋਂ 2020 ਤੱਕ ਕੌਂਸਲਰ ਰਿਹਾ, ਸੀਨੀਅਰ ਵਾਈਸ ਪ੍ਰਧਾਨ ਰਿਹਾ, ਪ੍ਰਧਾਨ ਰਿਹਾ। ਤੁਹਾਨੂੰ ਇੱਕ ਡੇਰਾਬਸੀ ਦੀ ਛੋਟੀ ਜਿਹੀ ਇਗਜ਼ਾਮਪਲ ਦੱਸਦਾ ਕਿ ਮੋਦੀ ਜੀ ਨੇ ਇੱਕ ਸਕੀਮ ਸ਼ੁਰੂ, ਡੇਰਾਬਸੀ ਮਿਊਂਸਪਲ ਕਮੇਟੀ ਦੀ, ਮੈਂ ਪਿੰਡ ਨਹੀਂ ਇਹਦੇ ਛਾਲੇ ਸ਼ਾਮਿਲ ਕਰ ਰਿਹਾ, ਪਿੰਡਾਂ ਦਾ ਤਾਂ ਬਹੁਤ, ਕਿ ਨਰਿੰਦਰ ਮੋਦੀ ਜੀ ਨੇ 1.5-1.5 ਲੱਖ ਰੁਪਈਆ ਛੱਤਾਂ ਦਾ ਦਿਆ। ਕਾਂਗਰਸ ਦੇ ਪ੍ਰਧਾਨ ਮੰਤਰੀ ਦੀ ਸਟੇਟਮੈਂਟ ਆਉਂਦੀ ਜੀ, ਜੇ ਆਪਾਂ 1 ਰੁਪਈਆ ਪਿੱਛੋਂ ਭੇਜਦੇ ਹਾਂ ਤਾਂ ਅੱਗੇ ਜਾ ਕੇ 10 ਪੈਸੇ ਪਹੁੰਚਦੇ ਨੇ। ਅਸੀਂ ਗਵਾਹ ਹਾਂ, ਜਿਸ ਬੰਦੇ ਦਾ ਉੱਪਰੋਂ 1.5 ਲੱਖ ਆਇਆ ਉਹਦੇ ਅਕਾਊਂਟ 'ਚ 1.5 ਲੱਖ ਹੀ ਗਿਆ, ਜੇ ਇਹਦਾ 90,000 ਮਨਜ਼ੂਰ ਹੋਇਆ ਤਾਂ 90 ਗਿਆ, ਜੇ 1-10 ਗਿਆ ਤਾਂ 1-10 ਗਿਆ, ਉੱਪਰੋਂ ਟੀਮਸ ਆਈਆਂ ਬਕਾਇਦਾ ਵੈਰੀਫਾਈ ਹੋਇਆ। ਮਤਲਬ ਜੇ ਮੈਂ 1.5-1.5 ਲੱਖ ਰੁਪਏ ਦੀ ਸਿਰਫ ਗੱਲ ਕਰਾਂ, ਸਿਰਫ ਡੇਰਾਬਸੀ ਮਿਊਂਸਪਲ ਕਮੇਟੀ ਦੀ, ਬਹੁਤ ਮਿਊਂਸਪਲ ਕੌਂਸਲ ਨੇ ਆਪਣੇ ਇਲਾਕੇ ਹਲਕੇ 'ਚ ਹੀ 3 ਨੇ,
ਜੇ ਮੈਂ ਡੇਰਾ ਡੇਰਾ ਵਸੀਲੀ ਮਿਊਂਸਪਲ ਕਮੇਟੀ ਦੀ ਗੱਲ ਕਰਾਂ ਤਾਂ ਜੇ ਹਾਊਸਿੰਗ ਫੋਰ ਆਲ ਦੇ ਵਿੱਚ ਜੇ ਉਹਨਾਂ ਦਾ ਜਿਹੜਾ ਕੱਚੀਆਂ ਛੱਤਾਂ ਅਤੇ ਜਿਹੜਾ ਮਕਾਨ ਦੇਣਾ ਸੀ ਵੀ ਗੌਰਮੈਂਟ ਬਦਲ ਗਈ, ਉਸ ਤੋਂ ਬਾਅਦ 9 ਕਰੋੜ ਰੁਪਈਏ ਦਾ ਕੰਮ ਸੀਗਾ। ਤੁਸੀਂ ਕਿੰਨੀਆਂ ਮਿਊਂਸਪਲ ਕਮੇਟੀਜ਼ ਨੇ ਅਤੇ ਕਿੰਨਾ ਤੁਸੀਂ ਨੇ ਵੱਡੀਆਂ ਅਚੀਵਮੈਂਟਸ ਗਣਾਈਆਂ ਨੇ। ਹੁਣ ਮੈਂ ਇਸ ਆਪਣੇ ਡਿਸਕਸ਼ਨ ਦੇ, ਪੰਜਾਬ ਦੀ ਡਿਸਕਸ਼ਨ ਦੇ ਮੇਨ ਮੁੱਦੇ 'ਤੇ ਆਉਣਾ। ਜੇਕਰ ਪੰਜਾਬ ਨੂੰ ਇੰਨਾ ਕੁਝ ਦਿੱਤਾ, ਤੁਸੀਂ ਡੇਰਾ ਬਸੀ ਦੀ ਗੱਲ ਕੀਤੀ ਕਿ ਕਰੋੜਾਂ ਰੁਪਈਆ, ਲੱਖਾਂ ਰੁਪਈਆ ਜਿਹੜਾ ਇਸ ਹਲਕੇ ਨੂੰ ਦਿੱਤਾ, ਇਸ ਮਿਊਂਸੀਪਲ ਕਾਰਪੋਰੇਸ਼ਨ ਨੂੰ ਦਿੱਤਾ, ਪਰ ਫਿਰ ਵੀ ਬੀਜੇਪੀ ਪੰਜਾਬ ਦੇ ਵਿੱਚ ਉਸ ਵੱਡੇ ਪੱਧਰ 'ਤੇ ਕਾਮਯਾਬ ਕਿਉਂ ਨਹੀਂ ਹੋ ਪਾ ਰਹੀ? ਚਾਹੇ ਉਹ ਜਿਹੜੀਆਂ ਨੇ ਲੋਕ ਸਭਾ ਦੀਆਂ ਚੋਣਾਂ ਹੋਣ, ਚਾਹੇ ਉਹ ਪਿੱਛੇ 2022 ਦੇ ਵਿੱਚ ਲੰਘੀਆਂ ਵਿਧਾਨ ਸਭਾ ਚੋਣਾਂ ਹੋਣ, ਉਸ ਲੈਵਲ ਦੀ ਕਾਮਯਾਬੀ ਨਹੀਂ ਹੈ ਕਿ ਸਰਕਾਰ ਬਣਾਉਣ ਦੀ ਹਾਲਤ ਦੇ ਵਿੱਚ ਹੋਵੇ। ਇਹੋ ਜਿਹੀ ਗੱਲ ਨਹੀਂ, ਤੁਸੀਂ ਪਿੱਛੇ ਦੇਖੋ, ਕਿਉਂਕਿ ਕੋਲੀਸ਼ਨ ਦੇ ਵਿੱਚ ਲੜੇ, ਮੈਂ ਤਾਂ ਹੁਣ 1997 2007 23 ਸੀਟਾਂ ਲੜਦੇ ਤਾਂ ਵੀ 19 ਸੀਟਾਂ ਆਉਂਦੀ ਸੀ। ਜੇ ਲੋਕ ਐਕਸੈਪਟ ਕਰਦੇ ਸੀ ਤਾਂ ਹੀ ਭਾਰਤੀ ਜਨਤਾ ਪਾਰਟੀ ਨੂੰ ਮਿਲਦੇ ਸੀ। ਹੁਣ ਇੰਡੀਪੈਂਡੈਂਟ ਤੌਰ 'ਤੇ ਲੜਨ ਲੱਗੇ ਆ। ਦੇਖੋ ਜਦੋਂ ਨਵੇਂ ਇਲਾਕੇ ਜਾਂਦੇ ਆ ਉਹਦੇ 'ਚ ਪੋਲੀਟੀਕਲ ਸਿਸਟਮ ਹੈ, ਹਰ ਬੰਦਾ ਕਿਤੇ ਨਾ ਕਿਤੇ ਜੁੜਿਆ ਹੁੰਦਾ। ਕਿਉਂਕਿ ਅਸੀਂ ਅੱਜ ਵੀ ਜਦੋਂ ਜਾਂਦੇ ਹਾਂ, ਮੈਂ ਮਾਣ ਮਹਿਸੂਸ ਕਰਦਾ ਕਿ ਅੱਜ ਵੀ ਜੇ ਅਸੀਂ ਚਾਹੇ ਪਿੰਡ 'ਚ ਜਾਈਏ ਚਾਹੇ ਸ਼ਹਿਰ 'ਚ ਜਾਈਏ, ਜੋ ਨਰਿੰਦਰ ਮੋਦੀ ਜੀ ਨੇ ਕੰਮ ਕੀਤੇ ਹੈ ਉਹਨੂੰ ਲੋਕ ਐਕਸੈਪਟ ਕਰਦੇ ਆ। ਅਤੇ ਇਸ ਕਰਕੇ ਮੈਨੂੰ ਲੱਗਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਬੀਜੇਪੀ ਦੀ ਐਕਸੈਪਟੇਬਿਲਟੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵਧੇਗੀ। ਪਹਿਲਾਂ ਵੀ ਬਹੁਤ ਵੱਧ ਗਈ ਅਤੇ ਹੁਣ ਅੱਗੇ ਆਉਣ ਵਾਲੇ ਟਾਈਮ 'ਚ ਹੋਰ ਵਧੇਗੀ। ਤੁਸੀਂ ਭਗਵੰਤ ਮਾਨ ਸਾਹਿਬ ਉਹਨਾਂ ਦੀ ਗੱਲ ਕੀਤੀ, ਆਮ ਆਦਮੀ ਪਾਰਟੀ ਸਰਕਾਰ ਦੀ ਗੱਲ ਕੀਤੀ ਕਿ ਉਹਨਾਂ ਨੇ ਕੁਝ ਨਹੀਂ ਕੀਤਾ ਚਾਹੇ ਦਿੱਲੀ ਦੇ ਵਿੱਚ ਹੋਵੇ। ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਕਾਮ ਜੇ ਟੀਚਰ ਦਾ ਮੁੰਡਾ, ਕਹਿੰਦੇ CM ਬਣ ਗਿਆ, ਕਹਿੰਦੇ ਉਹ ਆਮ ਲੋਕਾਂ ਦੇ ਕੰਮ ਕਰਦਾ ਫਿਰਦਾ, ਕਹਿੰਦੇ ਯਾਰ ਵਿਰੋਧੀਆਂ ਤੋਂ ਜਰ ਨਹੀਂ ਹੁੰਦਾ, ਕਹਿੰਦੇ ਵੀ ਇਹ ਥੋੜ੍ਹੀ ਜ਼ਰੂਰੀ ਹੁੰਦਾ ਵੀ ਲੀਡਰ ਦਾ ਪੁੱਤ ਹੀ ਲੀਡਰ ਬਣੂਗਾ। ਕਹਿੰਦੇ ਮੈਂ ਤਾਂ ਇੱਕ ਟੀਚਰ ਦਾ ਬੇਟਾ, ਕਹਿੰਦੇ ਮੈਂ ਅੱਜ CM ਬਣ ਗਿਆ, ਤੁਹਾਨੂੰ ਕੀ ਤਕਲੀਫ? ਮੈਨੂੰ ਲੱਗਦਾ ਮੋਦੀ ਜੀ ਤਾਂ ਕਹਿ ਨਹੀਂ ਸਕਦੇ, ਉਹ ਤਾਂ ਆਪ ਚਾਹ ਵੇਚਣ ਦਾ ਕੰਮ ਕਰਦੇ ਸੀ ਪਹਿਲਾਂ। ਅਸੀਂ ਤਾਂ ਬੀਜੇਪੀ ਵਾਲੇ ਕਹਿੰਦੇ ਵੀ ਜੇ ਚਾਹ ਵੇਚਣ ਵਾਲਾ ਪ੍ਰਾਈਮ ਮਿਨਿਸਟਰ ਬਣ ਸਕਦਾ ਤਾਂ ਇਹ ਤਾਂ ਫਿਰ ਟੀਚਰ ਦੇ ਬੇਟੇ ਸੀ। ਟੀਚਰ ਦਾ ਤਾਂ ਇੱਕ ਬਹੁਤ ਵੱਡਾ ਸਥਾਨ ਹੁੰਦਾ ਸਮਾਜ ਦੇ ਵਿੱਚ। ਸੋ ਇਹੋ ਜਿਹੀ ਗੱਲ ਨਹੀਂ, ਜੇ ਬਣੇ ਆ ਵਧੀਆ, ਠੀਕ ਹੈ, ਉਹਨਾਂ ਦੀ ਕਾਬਲੀਅਤ। ਮੈਂ ਤਾਂ ਕਹਿ ਰਿਹਾ ਪੰਜਾਬ ਨੂੰ ਵਧੀਆ ਚਲਾਉਣ, ਪੰਜਾਬ ਦੇ ਲੋਕਾਂ ਨੂੰ ਦੇਣ ਜੋ ਮੰਗਦੇ ਹੋ। ਸੋ ਇਹੋ ਜਿਹੀ ਬੀਜੇਪੀ ਨੇ ਕਦੇ ਇਹ ਮੁੱਦਾ ਨਹੀਂ ਚੁੱਕਿਆ ਕਿ ਇੱਕ ਟੀਚਰ ਦਾ ਬੇਟਾ ਜਿਹੜਾ, ਕਿਉਂਕਿ ਭਾਰਤੀ ਜਨਤਾ ਪਾਰਟੀ ਤਾਂ ਆਮ ਜਿਹੜੇ ਵਰਕਰ ਦੀ ਪਾਰਟੀ ਹੈ ਅਤੇ ਇੱਥੇ ਆਮ ਵਰਕਰ ਜੇ ਕੰਮ ਕਰਦਾ ਉਹ ਵੀ ਕਿਤੇ ਨਾ ਕਿਤੇ ਜਾ ਸਕਦਾ। ਉਹ ਨਰਿੰਦਰ ਮੋਦੀ ਸਾਡੇ ਸਾਹਮਣੇ ਉਦਾਹਰਣ ਦੇ ਜੀ। ਐਡਵੋਕੇਟ ਹੋ ਤੁਸੀਂ ਪੇਸ਼ੇ ਤੋਂ, ਮੈਂ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਗੱਲ ਕਰੂੰਗਾ, ਕਿਉਂਕਿ ਇੱਕ ਐਡਵੋਕੇਟ ਦੇ ਨਾਲ ਇਹ ਮੁੱਦੇ 'ਤੇ ਮੈਨੂੰ ਲੱਗਦਾ ਕਿ ਵਧੀਆ ਇੱਕ ਹੈਲਦੀ ਡਿਸਕਸ਼ਨ ਜਿਹੜੀ ਹੈ ਹੋ ਸਕਦੀ ਹੈ। ਕਾਨੂੰਨੀ ਸਥਿਤੀ ਕਿੱਥੇ ਖੜੀ ਹੈ ਪੰਜਾਬ ਦੀ? ਕਾਨੂੰਨ ਵਿਵਸਥਾ ਤੁਹਾਡੇ ਸਾਹਮਣੇ ਹੈ ਜੀ, ਰੋਜ਼ ਮਰਡਰ, ਕਤਲ ਸੜਕਾਂ 'ਤੇ, ਚੋਰੀਆਂ। ਮੈਨੂੰ ਇਹ ਲੱਗਦਾ ਵੀ ਕਾਨੂੰਨ ਵਿਵਸਥਾ ਨਾਂ ਦੀ ਤਾਂ ਚੀਜ਼ ਨਹੀਂ। ਪਰ ਆਮ ਆਦਮੀ ਪਾਰਟੀ ਦੇ ਲੀਡਰ ਕਹਿੰਦੇ ਅਸੀਂ ਨੇ, ਕਹਿੰਦੇ ਥੋੜ੍ਹੇ ਦਿਨਾਂ ਦੇ ਵਿੱਚ 7-8 ਗੈਂਗਸਟਰਾਂ ਦੇ ਜਿਹੜੇ ਨੇ ਇਨਕਾਊਂਟਰ ਕੀਤੇ ਨੇ, ਕਹਿੰਦੇ ਪੰਜਾਬ ਪੁਲਿਸ ਨੂੰ ਫਰੀ ਹੈਂਡ ਦਿੱਤਾ ਹੋਇਆ ਕਿ ਕੋਈ ਵੀ ਮਾੜਾ ਆਨਸਰ ਜਿਹੜਾ ਉਹ ਅਸੀਂ ਨੇ ਟਿਕਣ ਨਹੀਂ ਦੇਣਾ ਪੰਜਾਬ। ਮੈਂ ਤਾਂ ਬਲਕਿ ਐਪਰੀਸ਼ੀਏਟ ਕਰਾਂਗਾ ਜੇ ਗੌਰਮੈਂਟ ਪੁਲਿਸ ਨੂੰ ਫਰੀ ਹੈਂਡ ਹਾਲੇ ਤੱਕ। ਪਰ ਮੈਨੂੰ ਇਹ ਲੱਗਦਾ ਵੀ ਜੋ ਅੱਜ ਤੱਕ 2 ਸਾਲ ਦਾ ਕਾਰਗੁਜ਼ਾਰੀ ਹੈ ਉਹ ਬਿਲਕੁਲ 0 ਹੈ, ਅਤੇ ਆਮ ਜਿਹੜਾ ਆਦਮੀ ਹੈ ਡਰਿਆ ਹੋਇਆ, ਡਰਦਾ ਹੈ ਕਿਸੇ ਨੂੰ ਕੁਛ ਵੀ ਕਹਿਣ 'ਤੇ ਵੀ ਇਹ ਨਹੀਂ ਪਤਾ ਵੀ ਸਾਹਮਣੇ ਵਾਲਾ ਜਿਹੜਾ ਬੰਦਾ ਉਹ ਕਿਹੋ ਜਿਹਾ ਹੋਊਗਾ ਅਤੇ ਸਾਡੇ ਨਾਲ ਕੀ ਕਰ ਦੂਗਾ। ਇਹੋ ਜਿਹੀ ਕਾਨੂੰਨ ਵਿਵਸਥਾ ਹੈ। ਤੁਸੀਂ ਵੱਡੇ ਸਵਾਲ ਕੀਤੇ ਨੇ ਜੀ ਕਾਨੂੰਨ ਵਿਵਸਥਾ ਦੇ ਉੱਪਰ, ਹੈਲਥ ਸਿਸਟਮ ਦੇ ਉੱਪਰ, ਮੈਡੀਕਲ ਸਾਰੇ ਕਾਸੇ ਦੇ ਉੱਪਰ, ਪਰ ਆਮ ਆਦਮੀ ਪਾਰਟੀ ਤਾਂ ਫਿਰ ਦਾਅਵਾ ਕਰ ਰਹੀ ਹੈ, ਕਹਿੰਦੇ ਆ ਗਿਆ 2024, ਕਹਿੰਦੇ ਤੁਸੀਂ ਪੰਜਾਬ ਦੇ ਵਿੱਚ ਦੇਖਿਆ ਹੁੰਦਾ ਕੀ ਸਾਹਮਣੇ ਸਾਰਿਆਂ ਨੂੰ ਪਤਾ ਲੱਗ ਜਾਣਾ ਜੀ। ਅੱਜ ਤੁਸੀਂ ਅਖਬਾਰ ਚੁੱਕੋ, ਇਹਨਾਂ ਦੀ ਅਚੀਵਮੈਂਟਸ ਪਤਾ ਲੱਗ ਜਾਣਗੇ। ਮੈਂ ਤਾਂ ਆਪਣੇ ਹਲਕੇ 'ਚ ਆ ਜਾਓ ਜੀ, ਇੱਕ ਬਰਵਾਲਾ ਰੋਡ 'ਤੇ ਮੇਰੇ ਖਿਆਲ 'ਤੇ ਬਰਵਾਲਾ ਰੋਡ ਹੈ, ਸਾਡੇ ਵਿਧਾਇਕ ਸਾਹਿਬ ਨੇ ਵੀ ਗੱਲ ਅਸੈਂਬਲੀ 'ਚ ਵੀ ਚੁੱਕਤੀ, ਉੱਥੇ ਨਹੀਂ ਘੱਟੋ ਘੱਟ ਮੇਰੇ ਖਿਆਲ 40-50 ਮੌਤਾਂ ਹੋ ਚੁੱਕੀਆਂ। ਕੌਣ ਜ਼ਿੰਮੇਵਾਰ ਹੈ ਉਹਦਾ? ਇਹ ਇੱਕ, ਮੈਂ ਤੁਹਾਨੂੰ ਸਿਰਫ ਇੱਕ ਰੋਡ ਦੀ ਗੱਲ ਨਹੀਂ ਕਰ ਰਿਹਾ, ਇਹ ਸਾਰੇ ਹਲਕਿਆਂ ਦੇ ਵਿੱਚ ਅਤੇ ਸਾਰੀ ਜਗ੍ਹਾ ਇਹੀ ਹਾਲ, ਕੋਈ ਡਿਵੈਲਪਮੈਂਟ ਨਹੀਂ, ਕਾਨੂੰਨ ਵਿਵਸਥਾ ਦੀ ਹਾਲਤ ਮਾੜੀ,
ਜਾਂ ਤਾਂ ਇਹਨਾਂ ਕੋਲ ਤਜਰਬਾ ਨਹੀਂ ਹੈ ਜਾਂ ਇਹ ਕੰਮ ਕਰਨਾ ਨਹੀਂ ਚਾਹੁੰਦੇ। ਅੱਛਾ 2014 ਦੇ ਵਿੱਚ ਮੈਨੂੰ ਇੱਕ ਸਾਰੇ ਬੀਜੇਪੀ ਵਾਲਿਆਂ ਦਾ ਇੱਕ ਬਿਆਨ ਇੱਕ ਯਾਦ ਆ ਰਿਹਾ 2014 ਦੇ ਵਿੱਚ ਜਦੋਂ ਸਰਕਾਰ ਬਣੀ ਸੀ, ਕਹਿੰਦੇ ਸੀ ਕਿ 15-15 ਲੱਖ ਆਏਗੇ। ਮੈਂ ਇਹ ਨਹੀਂ ਪੁੱਛੂੰਗਾ ਕਿ ਕਦੋਂ ਆਉਣਗੇ, ਮੈਂ ਇਹ ਪੁੱਛੂੰਗਾ ਕਿ ਉਹ 15 ਲੱਖ ਵਾਲੀ ਗੱਲ ਹਲੇ ਵੀ ਜਦੋਂ ਤੁਸੀਂ ਹਲਕੇ 'ਚ ਜਾਂਦੇ ਹੋ ਲੋਕ ਪੁੱਛਦੇ ਨੇ ਕਿ ਗਾਂਧੀ ਸਾਹਿਬ ਕਦੋਂ ਤੱਕ। ਪ੍ਰਤੀ ਵਿਅਕਤੀ ਆਮਦਨ ਦਾ ਵਧਣਾ, 370 ਦਾ ਸੋਲਵ ਹੋਣਾ, 3 ਤਲਾਕ ਦਾ ਖਤਮ ਹੋਣਾ, CAA ਦਾ ਜਲਦੀ ਆਉਣਾ, ਸ਼੍ਰੀ ਰਾਮ ਮੰਦਰ ਮੁੱਦੇ ਦਾ ਹੱਲ ਹੋਣਾ ਅਤੇ ਇੱਕ ਚੰਗੀ ਜਿਹੜੀ ਕਾਨੂੰਨ ਵਿਵਸਥਾ ਪੂਰੇ ਭਾਰਤ ਨੂੰ ਦੇਣੀ ਅਤੇ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ 'ਤੇ ਭਾਰਤ ਦਾ ਜਿਹੜਾ ਕੱਦ ਵਧਣਾ, ਮੈਨੂੰ ਲੱਗਦਾ ਵੀ 15,000 ਬਹੁਤ ਛੋਟੀ ਰਕਮ ਹੈ ਜੋ ਮੋਦੀ ਜੀ ਨੇ ਹਰ ਬੰਦੇ ਨੂੰ ਇੰਡੀਅਨ ਨੂੰ ਦੇਤਾ, ਉਹ 15 ਲੱਖ ਤੋਂ ਬਹੁਤ ਵੱਡਾ ਜਿਹੜੀ ਹੈ ਉਹ ਪਹਿਲੀ ਜਿਹੜੀ ਰਕਮ ਹਰ ਬੰਦੇ ਨੂੰ ਮਿਲ ਚੁੱਕੀ। ਇਸੇ ਕਰਕੇ ਅੱਜ ਪੂਰੇ ਭਾਰਤ ਦੇ ਵਿੱਚ ਤੁਸੀਂ 3 ਸਟੇਟਸ ਦੇ ਇਲੈਕਸ਼ਨ ਦੇਖੋ, ਵਿਰੋਧੀਆਂ ਨੇ ਚੁੱਕਿਆ ਮੁੱਦਾ, ਉਹ ਕਹਿੰਦੇ ਸਾਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚਾਹੀਦੀ ਹੈ, ਸਾਨੂੰ ਨਰਿੰਦਰ ਮੋਦੀ ਵਰਗਾ ਜਿਹੜਾ ਤਾਕਤਵਰ ਪ੍ਰਾਈਮ ਮਿਨਿਸਟਰ ਚਾਹੀਦਾ ਜਿਹੜਾ ਕਿਸੇ ਦੇ ਅੱਗੇ ਨਾ ਚੁੱਕੇ। ਸੋ ਇਸ ਕਰਕੇ ਇਹ ਜਿਹੜੀ ਗੱਲ ਹੈ ਇਹ ਵਿਰੋਧੀਆਂ ਦੀ ਚੁੱਕੀ ਹੋਈ ਗੱਲ ਹੈ, ਹੁਣ ਇਹਨੂੰ ਲੋਕ ਐਕਸੈਪਟ ਨਹੀਂ ਕਰਦੇ। ਹਾਂ ਜਾਂ ਨਾ ਦੇ ਵਿੱਚ ਮੈਂ ਇਸ ਸਵਾਲ ਦਾ ਜਵਾਬ ਤੁਹਾਤੋਂ ਲੈਣਾ ਚਾਹੂੰਗਾ, ਕੀ ਨਰਿੰਦਰ ਮੋਦੀ ਆਪਣੇ ਕੀਤੇ ਵਾਅਦੇ ਦੇ ਜਾਂ ਆਪਣੇ ਦਿੱਤੇ ਬਿਆਨ ਦੇ ਪੂਰੇ ਨੇ? ਹਾਂ ਜਾਂ ਨਾ? ਬਿਲਕੁਲ ਹਾਂ ਕਹਾਂਗਾ। 2019 ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਜਿੰਨੇ ਵੀ ਸਿੱਖ ਕੈਦੀ ਨੇ, ਜਿਹੜੇ ਜਿਨ੍ਹਾਂ ਨੂੰ ਸਿੱਖ ਨੌਜਵਾਨ ਜਿਹੜੇ ਨੇ ਬੰਦੀ ਸਿੰਘ ਕਹਿ ਰਹੇ ਨੇ, ਬਲਵੰਤ ਸਿੰਘ ਰਾਜੋਆਣਾ ਹੋਣ, ਜਗਤਾਰ ਸਿੰਘ ਹਵਾਰਾ ਹੋਣ, ਹੋਰ ਜਿੰਨੇ ਵੀ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਹੋਣ, ਸਾਰੇ ਨੇ, ਮੋਦੀ ਸਾਹਿਬ ਨੇ ਕਿਹਾ ਸੀ ਕਿ ਜਿੰਨੇ ਵੀ ਕੈਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਕੀਤੀ ਜਾਊਗੀ, 4 ਸਾਲ ਬੀਤ ਚੁੱਕੇ ਨੇ, 4.5 ਸਾਲ ਬੀਤ। ਦੇਖੋ ਇਹ ਮੈਟਰ ਮੈਨੂੰ ਲੱਗਦਾ ਇੱਕ ਵਕੀਲ ਵੀ ਹੋ ਕਾਨੂੰਨੀ ਤੌਰ ਤੇ, ਬੀਇੰਗ ਪੋਲੀਟੀਕਲ ਪਰਸਨ ਆਈ ਐਮ ਟੂ ਸਮਾਲ ਟੂ ਗਿਵ ਆਨਸਰ। ਗੱਲ ਇਹ ਵੀ ਇਹ ਸਾਰੇ ਪਾਲਿਸੀ ਮੈਟਰ ਨੇ, ਇਹ ਪੰਜਾਬ ਸਰਕਾਰ ਇਸ ਮੁੱਦੇ ਨੂੰ ਕਿਵੇਂ ਰਿਪ੍ਰਜੈਂਟ ਕਰਦੀ ਹੈ ਸੈਂਟਰ ਦੇ ਅੱਗੇ, ਅਤੇ ਸੈਂਟਰ ਕਿਸ ਪਾਲਿਸੀ ਦੇ ਤਹਿਤ ਇਹਨਾਂ ਨੂੰ ਰਿਹਾ ਕਰ ਸਕਦਾ, ਇਹ ਸਾਰੀ ਚੀਜ਼ਾਂ ਜਿਹੜੀ ਹੈ ਉੱਪਰ ਸਰਕਾਰਾਂ ਨੇ ਜਿਹੜੀ ਹੈ ਦੇਖਣੀ ਹੈ। ਸੋ ਮੈਂ ਇਹ ਕਹਿ ਦਾਂ ਵੀ ਹਾਂਜੀ ਰਿਹਾ ਹੋਣੇ ਚਾਹੀਦੇ ਆ, ਨਹੀਂ ਹੋਣੇ ਚਾਹੀਦੇ, ਮੈਨੂੰ ਲੱਗਦਾ ਮੇਰੀ ਇਸ ਗੱਲ ਦਾ ਜਵਾਬ ਦੇਣਾ ਕੋਈ ਬਹੁਤ ਜ਼ਿਆਦਾ ਨਹੀਂ ਹੋਊਗਾ, ਪਰੰਤੂ ਮੈਂ ਇਸ ਹੱਕ ਦੇ ਵਿੱਚ ਹਾਂ ਵੀ ਸਰਕਾਰ ਨੂੰ ਲਿਬਰਲ ਵਿਊ ਲੈ ਕੇ ਜੇ ਕੋਈ ਲੱਗਦਾ ਤਾਂ ਉਹ ਗੱਲ ਅੱਗੇ ਸਹੀ ਫੈਸਲਾ ਲੈਣਾ ਚਾਹੀਦਾ, ਸਹੀ ਫੈਸਲਾ ਜੀ। ਅੱਛਾ ਇੱਕ ਐਡਵੋਕੇਟ ਹੋਂ, ਆਖਰੀ ਸਵਾਲ ਮੈਂ ਕਰੂੰਗਾ, ਇੱਕ ਐਡਵੋਕੇਟ ਹੋਂ, ਰਾਜਨੀਤੀ ਦੇ ਵਿੱਚ ਵੀ ਸਰਗਰਮ ਹੋ, ਡੇਰਾਬਸੀ ਦੀ ਰਾਜਨੀਤੀ ਦੇ ਵਿੱਚ ਸਰਗਰਮ ਹੋ, ਕੰਬੀਨੇਸ਼ਨ ਬੈਠ ਜਾਂਦਾ ਜੀ ਇੱਕ ਕਾਨੂੰਨ ਦੇ ਰਖਵਾਲੇ ਦਾ ਇੱਕ ਰਾਜਨੀਤੀ ਦੇ ਵਿੱਚ, ਕੋਈ ਮੁਸ਼ਕਲ ਨਹੀਂ ਲੱਗਦੇ ਦੋ ਪ੍ਰੋਫੈਸ਼ਨ ਆਪਸ ਦੇ ਵਿੱਚ? ਥੋੜ੍ਹਾ ਮੁਸ਼ਕਲ ਰਹਿੰਦਾ, ਸਮੇਂ ਦੀ ਘਾਟ ਕਈ ਵਾਰੀ ਹੋ ਜਾਂਦੀ ਹੈ, ਮਹਿਸੂਸ ਕਰਦੇ ਹਾਂ, ਪਰ ਮੈਨੂੰ ਲੱਗਦਾ ਵੀ ਇੱਕ ਵਕੀਲ ਲਈ ਰਾਜਨੀਤੀ ਨੂੰ ਸਮਝਣਾ ਜ਼ਿਆਦਾ ਆਸਾਨ ਹੈ। ਤੁਸੀਂ ਦੇਖੋ ਸੈਂਟਰ ਦੇ ਵਿੱਚ ਦੇਖੋ, ਸਟੇਟ ਦੇ ਵਿੱਚ ਦੇਖੋ, ਤੁਹਾਨੂੰ ਜਿਹੜੇ ਮੈਕਸੀਮ ਸਾਰੀ ਪਾਰਟੀਆਂ ਦੇ ਵਿੱਚ, ਸਾਰੀ ਪਾਰਟੀਜ਼ ਦੇ ਵਿੱਚ ਤੁਹਾਨੂੰ ਮੈਕਸੀਮ ਜਿਹੜੇ ਆ ਐਡਵੋਕੇਟਸ ਜਿਹੜੇ ਤੁਹਾਨੂੰ ਰਾਜਨੀਤੀ ਦੇ ਵਿੱਚ ਮਿਲਣਗੇ। ਹੁਣ ਇਸ ਤੋਂ ਬਾਅਦ ਮੈਚਿਓਰਿਟੀ ਕੀ ਹੋਏਗੀ ਕਿ ਦੋ ਵਕੀਲ ਹੈ, ਕੇਸ ਲੜ ਰਹੇ ਹੈ, ਅੰਦਰ ਆਪਣਾ ਆਪਣਾ ਪੱਖ ਰੱਖ ਰਹੇ ਹਾਂ, ਅਤੇ ਉਹਨਾਂ ਨੂੰ ਨਹੀਂ ਲੱਗਦਾ ਵੀ ਅਸੀਂ ਇੱਕ ਦੂਜੇ ਨੂੰ ਜਾਣਦੇ ਵੀ ਹਾਂ, ਦਾ ਮੂਮੈਂਟ ਅਸੀਂ ਕੋਰਟ ਤੋਂ ਬਾਹਰ ਆਉਂਦੇ ਹਾਂ ਚਾਹ ਵੀ ਇਕੱਠੇ ਸ਼ੇਅਰ ਕਰਦੇ ਹਾਂ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਜ਼ਿਆਦਾ ਆਸਾਨ ਹੈ ਇੱਕ ਵਕੀਲ ਲਈ। ਬਿਲਕੁਲ ਬਿਲਕੁਲ ਆਖਰੀ ਸਵਾਲ, 2024 ਦੀਆਂ ਇਲੈਕਸ਼ਨਾਂ ਕੁਝ ਮਹੀਨਿਆਂ ਦੇ ਵਿੱਚ ਹੋ ਜਾਣੀਆਂ ਨੇ, 2024 ਆ ਚੁੱਕਿਆ, ਆਖਰੀ ਸਵਾਲ ਆ, ਨਰਿੰਦਰ ਮੋਦੀ ਹੀ ਕਿਉਂ, ਕਿਉਂ ਲੋਕ, ਪੰਜਾਬ ਦੇ ਲੋਕ ਜਾਂ ਭਾਰਤ ਦੇ ਲੋਕ ਇੱਕ ਵਾਰੀ ਫਿਰ ਨਰਿੰਦਰ ਮੋਦੀ ਉਹਨਾਂ ਦੇ ਉੱਪਰ ਭਰੋਸਾ ਕਰਨਗੇ? ਮੈਂ ਫਿਰ ਮੈਂ ਉਹੀ ਤੁਹਾਨੂੰ ਇਸ ਗੱਲ ਦਾ ਮੈਂ ਵਾਰ ਵਾਰ ਇੱਕ ਜਵਾਬ ਦੇ ਚੁੱਕਿਆ ਕਿ ਤੁਸੀਂ ਇਹ ਦੇਖੋ ਕਿ 70 ਸਾਲਾਂ ਦੇ ਵਿੱਚ ਕਾਂਗਰਸ ਨੇ ਕੀ ਕਰਿਆ, ਏਮਸ, IIT, ਨਿਊ ਐਜੂਕੇਸ਼ਨ ਪਾਲਿਸੀ, 370, ਰਾਮ ਮੰਦਰ, ਤੁਹਾਡਾ
ਹੋਰ ਤੀਨ ਤਲਾਕ, ਇਹੋ ਜਿਹੇ ਇਸ਼ੂਜ਼ ਜਿਹੜੇ ਸਾਡੇ ਲਈ ਇੱਕ ਮੈਂ ਕਹਾਂਗਾ ਕਿ ਬਹੁਤ ਪੀੜਾਦਾਇਕ ਸੀਗੇ, ਉਹ ਸਾਰੇ ਇਸ਼ੂਜ਼ ਨਰਿੰਦਰ ਮੋਦੀ ਜੀ ਨੇ ਖਤਮ ਕਰੇ। ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ 'ਤੇ ਜਿਹੜੀ ਹੈ ਭਾਰਤ ਦਾ ਇੱਕ ਅਲੱਗ ਜਿਹੜਾ ਰਸੂਖ ਬਣਾਇਆ। ਤਾਂ ਇਸ ਕਰਕੇ ਲੋਕਾਂ ਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ ਅਤੇ ਜਿਹਨੂੰ ਨਰਿੰਦਰ ਮੋਦੀ ਜੀ ਰਿਪ੍ਰਜੈਂਟ ਕਰਦੇ ਹੋਣ, ਨਰਿੰਦਰ ਮੋਦੀ ਜੀ ਵਰਗਾ ਤਾਕਤਵਰ ਬੰਦਾ ਜਿਹੜਾ ਰਿਪ੍ਰਜੈਂਟ ਕਰਦਾ ਹੋਵੇ, ਤਾਂ ਜਿਹੜਾ ਭਾਰਤ ਨੂੰ ਇੱਕ ਜਿਹੜਾ ਵਿਕਸਿਤ ਭਾਰਤ ਦੇ ਵਿੱਚ ਬਦਲਣ ਦੇ ਵਿੱਚ ਜਿਹੜਾ, ਤਾਂ ਹੀ ਜਿਹੜਾ ਹੈ, ਕਿਉਂਕਿ ਨਰਿੰਦਰ ਮੋਦੀ ਜੀ ਸਕਸ਼ਮ ਨੇ, ਤਾਂ ਹੀ ਆਪਾਂ ਸਫਲ ਹੋ ਸਕਦੇ। ਬਹੁਤ ਬਹੁਤ ਸ਼ੁਕਰੀਆ ਗਾਂਧੀ ਸਾਹਿਬ। ਸੋ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਸੋ ਐਡਵੋਕੇਟ ਸਾਹਿਬ ਦੇ ਨਾਲ ਗੱਲਾਂ ਬਾਤਾਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀਆਂ ਪੋਲਿਸੀਜ਼ ਨੂੰ ਲੈ ਕੇ ਹੋਈਆਂ ਨੇ। ਮੁੱਦਾ ਰਾਮ ਮੰਦਿਰ ਤੋਂ ਸ਼ੁਰੂ ਹੁੰਦਾ ਹੁੰਦਾ ਪੰਜਾਬ ਦੇ ਵਿੱਚ ਆਇਆ ਸੀ, ਪੰਜਾਬ ਸਰਕਾਰ ਨੂੰ ਬਿਲਕੁਲ ਫੇਲ ਕਰਾਰ ਦਿੱਤਾ ਹੈ, ਅਤੇ ਆਸਥਾ ਦੇ ਪ੍ਰਤੀਕ ਰਾਮ ਮੰਦਿਰ ਦੀ ਕੰਸਟਰਕਸ਼ਨ ਨੂੰ ਵੀ ਇੱਕ ਵੱਡੀ ਧਾਰਮਿਕ ਅਚੀਵਮੈਂਟ ਦੱਸਿਆ। 2024 ਦੇ ਵਿੱਚ ਦੁਬਾਰਾ ਫਿਰ ਨਰਿੰਦਰ ਮੋਦੀ ਹੁਣੀ ਹੈਟ੍ਰਿਕ ਮਾਰਨਗੇ, ਇਹ ਬੀਜੇਪੀ ਦੇ ਸਪੋਟਰਾਂ ਦਾ ਕਹਿਣਾ ਹੈ, ਪਰ ਅੰਤਿਮ ਫੈਸਲਾ ਲੋਕਾਂ ਦੀ ਕਚਹਿਰੀ ਦੇ ਵਿੱਚ ਹੋਊਗਾ ਕਿ ਭਾਰਤ ਦੇ ਲੋਕ ਨਰਿੰਦਰ ਮੋਦੀ ਉਹਨਾਂ ਨੂੰ ਦੁਬਾਰਾ ਫਿਰ ਆਪਣਾ ਪ੍ਰਾਈਮ ਮਿਨਿਸਟਰ ਦੇਖਣਾ ਚਾਹੁੰਦੇ ਨੇ ਜਾਂ ਫਿਰ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਕੈਮਰਾਮੈਨ ਸਾਥੀ ਗੁਰਪ੍ਰੀਤ ਦੇ ਨਾਲ ਸੰਸਾਰਦੀਪ ਸਿੰਘ, ਪੰਜਾਬ ਪ੍ਰਥਮ ਟੀਵੀ, ਡੇਰਾ ਬਸੀ।